ਹਾਂਜੀ ਸੁਰਿੰਦਰ ਕੌਰ ਜੀ, ਕਦੋਂ ਹੋਇਆ ਸੀ ਤੁਹਾਡਾ ਮਿਨੀ ਗੈਸਟ੍ਰਿਕ ਬਾਈਪਾਸ ਆਪਰੇਸ਼ਨ? 2012 ਦੇ 2 ਸਾਲ ਹੋ ਗਿਆ ਤਕਰੀਬਨ। ਹਾਂਜੀ, ਕਿੰਨਾ weight ਸੀਗਾ ਤੁਹਾਡਾ ਆਪਰੇਸ਼ਨ ਤੋਂ ਪਹਿਲਾਂ? 94 ਕਿਲੋ। ਤੇ ਹੁਣ ਕਿੰਨਾ ਹੈ? ਹੁਣ 58 ਕਿਲੋ 300 ਗ੍ਰਾਮ। 37 ਕਿਲੋ ਦੇ ਕਰੀਬ ਤੁਹਾਡਾ weight ਘੱਟ ਗਿਆ ਆਪਰੇਸ਼ਨ ਤੋਂ ਬਾਅਦ। ਠੀਕ ਹੈ ਜੀ, ਕੀ ਕੀ ਪ੍ਰੋਬਲਮਸ ਆ ਰਹੀਆਂ ਸੀ ਆਪਰੇਸ਼ਨ ਤੋਂ ਪਹਿਲਾਂ ਤੁਹਾਨੂੰ? ਰਾਤ ਨੂੰ ਘਰਾੜੇ ਵੱਜਦੇ ਸੀ? ਅੱਛਾ, ਸਵੇਰ ਬੈਠੇ ਬੈਠੇ ਨੀਂਦ ਆਉਂਦੀ ਹੋਈ? ਸਲੀਪ ਐਪਨੀਆ ਵੀ ਸੀਗਾ ਮਤਲਬ। ਅੱਛਾ ਜੀ, ਹੁਣ ਆਪਰੇਸ਼ਨ ਤੋਂ ਬਾਅਦ ਕਿੰਨਾ ਫਰਕ ਮਹਿਸੂਸ ਹੋ ਰਿਹਾ ਤੁਹਾਨੂੰ? ਇੱਕ ਤੇ ਮੈਂ ਸ਼ੂਗਰ ਦੀ ਗੋਲੀ ਹੋਈ ਆਪਰੇਸ਼ਨ ਤੋਂ ਪਹਿਲਾਂ ਖਾ ਲਈ। ਹਾਂਜੀ, ਬਾਕੀ ਮੇਰਾ ਬੀਪੀ ਵੀ ਠੀਕ ਰਹਿੰਦਾ। ਤੇ ਚੱਲਣਾ ਫਿਰਨਾ ਸੌਖਾ ਹੋ ਗਿਆ? ਨਾ, ਉੱਠਣਾ ਬਹਿਣਾ ਮੈਨੂੰ ਸੌਖਾ ਹੋ ਗਿਆ, ਕਮਜ਼ੋਰੀ ਸੀ। ਘਰਾੜੀ ਵੱਜਣੇ ਬੰਦ ਹੋ ਗਏ? ਘੱਟ ਹੋਇਆ। ਅੱਛਾ ਜੀ, ਤੇ ਜਿਹੜੀ ਸ਼ੂਗਰ ਦੀ ਗੋਲੀ ਤੁਹਾਡੀ ਚੱਲਦੀ ਸੀਗੀ ਉਹ ਜਦੀ ਬੰਦ ਹੋ ਗਈ ਸੀ? ਪੱਕੀ ਉਹ ਪਹਿਲਾਂ ਜਿਹੜੀ ਕੋਈ ਖਾ ਲਈ ਆਪਰੇਸ਼ਨ ਤੋਂ ਬਾਅਦ ਮੈਂ ਕੋਈ ਨਹੀਂ ਕਰਦੀ। ਅੱਛਾ, ਉਹਦੀ ਮਤਲਬ ਬੰਦ ਹੋ ਗਈ ਸੀ? ਉਹਦਾ ਬੰਦ ਕਰਕੇ ਪਹਿਲਾਂ ਖਾਂਦੀ ਨਹੀਂ। ਠੀਕ ਹੈ ਜੀ, ਮਤਲਬ ਸ਼ੂਗਰ ਦੇ ਉੱਪਰ ਪੂਰਾ ਕੰਟਰੋਲ ਹੋ ਗਿਆ ਆਪਰੇਸ਼ਨ ਤੋਂ ਬਾਅਦ? ਅੱਛਾ, ਡਾਈਟ ਕਿੱਦਾਂ ਲੈ ਰਹੇ ਹੋ? ਵਧੀਆ ਲੈ ਰਹੇ ਹੋ? ਡਾਈਟ ਤੁਸੀਂ ਆਪਣੀ ਇੱਦਾਂ ਹੀ ਹੈਲਦੀ ਓ ਰੱਖਣੀ ਆ। ਦੁੱਧ, ਦਹੀਂ, ਲੱਸੀ, ਅੰਡਾ, ਮੀਟ ਇਹ ਤੁਸੀਂ ਜ਼ਿਆਦਾ ਲੈਣਾ। ਫਰੂਟਸ ਐਂਡ ਵੈਜੀਟੇਬਲ ਜ਼ਿਆਦਾ ਰਹੋ। ਹਾਈ ਪ੍ਰੋਟੀਨ ਡਾਈਟ ਲੈਣੀ ਆ ਤਾਂ ਕਿ ਕੋਈ ਕਮਜ਼ੋਰੀ ਨਾ ਆਵੇ। ਅਤੇ ਜਿਹੜੇ ਤੁਹਾਨੂੰ ਦਿੱਤੇ ਆ ਮਲਟੀਵਿਟਾਮਿਨ ਦੀਆਂ ਗੋਲੀਆਂ ਉਹ ਖਾ ਰਹੇ ਹੋ? ਉਹ ਤੁਸੀਂ ਹੁਣ ਇੱਦਾਂ ਹੀ ਲੈਣੀ ਆ, ਲੈਂਦੇ ਰਹਿਣਾ ਰੈਗੂਲਰਲੀ ਤਾਂ ਕਿ ਕੋਈ ਕਮਜ਼ੋਰੀ ਨਾ ਆਵੇ। ਅਤੇ ਸਾਲ ਦੇ ਵਿੱਚ ਇੱਕ ਵਾਰ ਆਪਣੇ ਬਲੱਡ ਟੈਸਟ ਜ਼ਰੂਰ ਕਰਵਾਉਣੇ ਆ ਤਾਂ ਕਿ ਅਗਰ ਕੋਈ ਕਮੀ ਪੇਸ਼ੀ ਆਈ ਆ, ਡੈਫੀਸ਼ੀਐਂਸੀ ਹੋਈ ਆ, ਉਹਦੇ ਬਾਰੇ ਆਪਾਂ ਨੂੰ ਪਤਾ ਲੱਗ ਜਾਵੇ। ਹਾਂਜੀ, ਓਕੇ ਜੀ, ਥੈਂਕ ਯੂ।